ਨਾਜਾਇਜ਼ ਸਬੰਧਾਂ ਕਾਰਨ ਹੁਣ ਤੱਕ ਕਈ ਘਰ ਉਜੜ ਚੁੱਕੇ ਹਨ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਦੂਸਰੀ ਔਰਤ ਨਾਲ ਰਹਿ ਰਹੀ ਇੱਕ ਸਰਕਾਰੀ ਅਧਿਆਪਕ ਨੇ ਆਪਣੀ ਪਤਨੀ ਤੋਂ ਖਹਿੜਾ ਛੁਡਾਉਣ ਲਈ ਉਸਦੀ ਮਾਰਕੁਟਾਈ ਕੀਤੀ ਅਤੇ ਪੀੜਿਤ ਔਰਤ ਇਸ ਵਕਤ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ। ਉਸਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਪੀੜਿਤ ਸੋਨਿਕਾ ਨੇ ਦੱਸਿਆ ਕਿ ਉਸਦਾ ਪਤੀ ਆਸ਼ੀਸ਼ ਸਾਂਬਲ ਸਰਕਾਰੀ ਅਧਿਆਪਕ ਹੈ ਅਤੇ ਉਸਦੇ ਵਿਆਹ ਨੂੰ 13 ਸਾਲ ਹੋ ਚੁੱਕੇ ਹਨ। ਉਸਦੇ 2 ਬੱਚੇ ਹਨ। ਉਸਨੇ ਦੱਸਿਆ ਕਿ ਉਸਦਾ ਪਤੀ ਜਿਹੜੇ ਸਰਕਾਰੀ ਹਸਪਤਾਲ ਅਧਿਆਪਕ ਹੈ ਉੱਥੇ ਪੜ੍ਹਾਉਂਦੀ ਇੱਕ ਮਹਿਲਾ ਅਧਿਆਪਕਾ ਨਾਲ ਉਸਦੇ ਨਜਾਇਜ਼ ਸੰਬੰਧ ਹਨ। ਇਹ ਦੋਨੋਂ ਪਿਛਲੇ 3 ਸਾਲਾਂ ਤੋਂ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਹਨ, ਜਿਸ ਕਰਕੇ ਉਸਦੇ ਪਤੀ ਵੱਲੋਂ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ। ਮੈਂ ਉਸਨੂੰ ਛੱਡ ਕੇ ਚਲੀ ਜਾਵਾਂ ਜਾਂ ਫਿਰ ਉਸਦੀ ਲਵਰ ਨੂੰ ਐਕਸੈਪਟ ਕਰਾਂ, ਪਰ ਜਦ ਮੈਂ ਆਪਣੇ ਪਤੀ ਨੂੰ ਰੋਕਦੀ ਹਾਂ ਤਾਂ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਦੇ ਜਿਸ ਮਹਿਲਾ ਨਾਲ ਸੰਬੰਧ ਹਨ ਉਹ ਵੀ ਵਿਆਹੀ ਹੋਈ ਹੈ, ਉਸਦੇ ਵੀ 2 ਬੱਚੇ ਹਨ। ਉਸਨੇ ਕਿਹਾ ਕਿ ਇਸ ਲਿਵਿੰਗ ਰਿਲੇਸ਼ਨਸ਼ਿਪ ਦਾ ਕਾਨੂੰਨ ਕਈਆਂ ਦੇ ਘਰ ਬਰਬਾਦ ਕਰ ਚੁੱਕਾ ਹੈ। ਹੁਣ ਉਸਦਾ ਪਤੀ ਵੀ ਕੋਰਟ ਤੋਂ ਵੀ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿਣ ਲਈ ਆਗਿਆ ਲੈ ਚੁੱਕਾ ਹੈ। ਇਸ ਲਈ ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਇਸ ਮਹਿਲਾ ਅਧਿਆਪਕ ਅਤੇ ਉਸਦੇ ਪਤੀ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SHO ਦੀਨਾਨਗਰ ਕਪਿਲ ਕੌਸ਼ਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕੀਤਾ ਹੈ ਅਤੇ ਕੁੱਲ ਹੁਣ ਆਪਣੀ ਪਤਨੀ ਦੇ ਘਰ ਜਾ ਕੇ ਉਸ ਨਾਲ ਮਾਰਕੁਟਾਈ ਕੀਤੀ ਹੈ। ਇਸ ਲਈ ਮਹਿਲਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਜਦੋਂ ਆਵੇਗੀ ਤਾਂ ਉਸ ਨਾਲ ਹਿਸਾਬ ਨਾਲ ਉਸਦੀ ਬਣਗ ਦੀ ਕਾਰਵਾਈ ਕੀਤੀ ਜਾਵੇਗੀ। ਆਓ ਦੇਖਦੇ ਹਾਂ ਜਤਿੰਦਰ ਪਾਰਕਲੇਅਰ ਦੀ ਪੂਰੀ ਰਿਪੋਰਟ। ਸਰ, ਮੇਰੇ ਨਾ ਹਸਬੈਂਡ ਦੇ ਨਜਾਇਜ਼ ਸੰਬੰਧ ਹੀ ਪ੍ਰਵੀਨ ਬਾਲਾ ਦੇ ਨਾਲ। ਮੈਂ ਹਰ ਵਾਰੀ ਓਬਜੈਕਸ਼ਨ ਕਰਦੀ, ਹਰ ਵਾਰੀ ਓਬਜੈਕਸ਼ਨ, ਸਾਡੇ ਘਰ ਰੋਜ਼ ਲੜਾਈ। ਜਦੋਂ ਦੇ ਮੇਰੇ ਹਸਬੈਂਡ ਇੱਥੇ ਆਏ ਹੈ ਜਫਰਵਾਲ 'ਚ ਜੋਬ ਕਰਨ, ਇਹ ਲੇਡੀ ਨੇ ਉਹਨਾਂ ਦਾ ਪਤਾ ਨਹੀਂ ਕੀ ਕੀਤਾ, ਕੀ ਨਹੀਂ, ਇਕੱਠੇ ਰਹਿਣ ਲੱਗ ਪਏ। ਮੈਂ SSP ਔਫਿਸ ਦਰਖਾਸਤ ਲਾਈ ਕਿ ਦੋਨਾਂ ਦਾ ਫੋਨ ਆਉਂਦਾ, ਨਾਈਟ ਵੀਡੀਓ ਕਾਲਸ ਕਰਦੇ ਆ। ਇਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਕਿ ਉਹਨੂੰ ਅਸੈਪਟ ਕਰ, ਮੈਂ ਉਹਨੂੰ ਨਾਲ ਰੱਖਣਾ। ਪਰ ਜਦੋਂ ਕਹਿੰਦੇ ਰਹੇ ਕਿ ਸਾਡਾ ਕੁਛ ਨਹੀਂ ਹੈ, ਕੁਛ ਨਹੀਂ ਹੈ, ਰਾਤ ਮੈਨੂੰ ਤੰਗ ਕਰਦੇ ਰਹੇ, ਮੈਂਟਲੀ ਟੋਰਚਰ ਕਰਦੇ ਰਹੇ, ਫਿਜ਼ੀਕਲੀ ਵੀ ਇਹਨਾਂ ਨੇ ਮੈਨੂੰ ਬਹੁਤ ਟੋਰਚਰ ਕੀਤਾ, ਮੇਰੇ ਕੰਨ ਦਾ ਪਰਦਾ ਫਾੜਿਆ। ਬਟ ਹੁਣ ਚੱਕਰ ਇਹ ਹੈ ਕਿ ਹੁਣ ਇਹ ਹਾਈ ਕੋਰਟ ਤੋਂ ਆਪਣਾ ਸਟੇਅ ਲੈ ਕੇ ਆ ਗਿਆ ਕਿ ਅਸੀਂ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿਣਾ। ਪਰ ਮੇਰੇ ਸਾਹਮਣੇ ਉਹ ਫੋਟੋਆਂ ਆਈਆਂ ਜਿਹਦੇ ਵਿੱਚ ਇਹ ਦੋਨਾਂ ਨੇ ਵਿਆਹ ਵੀ ਕਰ ਲਿਆ ਹੋਇਆ, ਬਟ ਮੇਰੇ ਕੋਲ ਕੋਈ ਆਜ਼ਰਾ ਨਹੀਂ ਹੈ। ਮੈਨੂੰ ਕਹਿੰਦੇ ਵੀ ਕਿ ਤੂੰ ਇੱਥੋਂ ਘਰੋਂ ਨਿਕਲ, ਤੂੰ ਹੀ ਪੁਆੜੇ 'ਤੇ ਜਾਣਾ। ਮੈਨੂੰ ਮੇਰਾ ਕੱਲ੍ਹ ਗਲਾ ਇਹਨਾਂ ਨੇ ਘੋਟਿਆ ਕਿ ਤੂੰ ਮਰ ਜਾ ਅਤੇ ਸਾਰਾ ਸਿਆਪਾ ਹੀ ਖਤਮ ਹੋ ਜਾਏ। ਘਰੋਂ ਚੀਜ਼ਾਂ ਲੈ ਕੇ ਜਾਂਦੇ ਆ, ਕੱਲ੍ਹ ਇੰਡਕਸ਼ਨ ਵੀ ਚੁੱਕ ਕੇ ਲੈ ਗਏ, ਮੇਰੇ ਪੈਸੇ ਲੈ ਗਏ ਕੁਛ ਕੱਢ ਕੇ ਪਰਸ 'ਚੋਂ। ਕੀ ਕੰਮ ਕਰਦੇ ਨੇ ਉਹ? NSQF ਦੇ ਅੰਡਰ ਗਵਰਨਮੈਂਟ ਟੀਚਰ ਹੈ। ਤੁਸੀਂ, ਤੁਹਾਡਾ ਵਿਆਹ ਕਰੋ ਕਿੰਨਾ ਚਿਰ ਪਹਿਲਾਂ ਹੋਇਆ? 13 ਸਾਲ ਪਹਿਲੇ ਹੋਇਆ ਸੀ ਮੇਰਾ ਵਿਆਹ। ਕਿੰਨੇ ਬੱਚੇ? ਮੇਰੇ 2 ਬੱਚੇ ਆ, ਇੱਕ ਬੇਟਾ 7th 'ਚ ਪੜ੍ਹ ਰਿਹਾ, ਇੱਕ 3rd 'ਚ ਪੜ੍ਹ ਰਿਹਾ। ਜਿਹੜੀ ਇਹ ਸਾਡੀ ਲਿਵਿੰਗ ਰਿਲੇਸ਼ਨ ਵਾਲੀ ਗੱਲ ਚੱਲੀ ਹੈ, ਕਦੋਂ ਤੋਂ ਤੁਹਾਨੂੰ ਪਤਾ ਲੱਗਾ ਸੀਗਾ ਤੇ ਕਿੰਨਾ ਟਾਈਮ ਹੋ ਗਿਆ? ਲਿਵਿੰਗ ਰਿਲੇਸ਼ਨਸ਼ਿਪ ਦੀ ਤਾਂ ਮੈਨੂੰ ਹਫ਼ਤਾ ਪਹਿਲਾਂ ਹੀ ਪਤਾ ਚੱਲੀ ਹੈ, ਬਟ ਪਹਿਲੇ ਸਾਰਾ ਦਿਨ ਇਹੀ ਮੁੱਕਰਦੇ ਰਹੇ ਸਾਰੇ ਕਿਤੇ। ਇਹਨਾਂ ਨੇ ਪੁਲਿਸ ਸਟੇਸ਼ਨ ਦੀਨਾਨਗਰ ਵੀ ਇਹੀ ਬਿਆਨ ਦਿੱਤੇ, ਸਾਡਾ ਕੁਛ ਨਹੀਂ ਹੈ, ਝੂਠੇ ਇਲਜ਼ਾਮ ਲਾਉਂਦੀ ਹੈ, ਝੂਠੇ ਇਲਜ਼ਾਮ ਲਾਉਂਦੀ ਹੈ। ਮੈਨੂੰ ਮਾਰਦੇ ਕੁੱਟਦੇ ਰਹੇ, ਪ੍ਰੈਸ਼ਰਾਈਜ਼ ਕਰਦੇ ਸੀ ਕਿ ਉਹਨੂੰ ਮੰਨ ਲਿਆ, ਮੈਂ ਉੱਥੇ ਲਿਆਉਣਾ ਇਹਨੂੰ। ਜਿਸ ਲੜਕੀ ਦੇ ਨਾਲ, ਜਿਸ ਲੇਡੀ ਦੇ ਨਾਲ ਤੁਹਾਡੇ ਹਸਬੈਂਡ ਰਹਿ ਰਹੇ ਨੇ, ਉਹ ਵੀ ਅੱਗੇ ਵਿਆਹੀ ਹੈ? ਹਾਂਜੀ ਸਰ, ਉਹਦੇ 2 ਬੱਚੇ ਆ, 10th 'ਚ ਉਹਦੀ ਕੁੜੀ ਪੜ੍ਹ ਰਹੀ ਹੈ, ਉਹਦਾ ਬੇਟਾ 3rd 'ਚ ਪੜ੍ਹ ਰਿਹਾ। ਉਹਦੇ ਹਸਬੈਂਡ ਵੀ ਬਹੁਤ ਦੁਖੀ ਆ, ਉਹਦੀ ਫੈਮਲੀ ਪੂਰੀ ਦੀ ਪੂਰੀ ਇਹਨੇ ਬਰਬਾਦ ਕਰਕੇ ਰੱਖਤੀ। ਉਹਦੇ ਹਸਬੈਂਡ ਵੀ ਬੜਾ ਸਮਝਾਉਣ ਦੀ ਉਹਨੂੰ ਕੋਸ਼ਿਸ਼ ਕੀਤੀ, ਬਟ ਉਹਨੂੰ ਗਲਤ ਇਲਜ਼ਾਮ ਲਾ ਕੇ ਕਿ ਮੈਨੂੰ ਕੁੱਟਦਾ ਮਾਰਦਾ, ਅਤੇ ਉੱਥੋਂ 9 ਮਹੀਨੇ ਪਹਿਲੇ ਨਿਕਲ ਗਈ ਦੀ ਆਪਣੇ ਘਰ 'ਚੋਂ। ਕੋਈ ਕੀ ਮੰਗ ਕਰਦੇ ਹੋ? ਮੈਂ ਮੰਗ ਕਰਦੀ ਹਾਂ, ਇੱਕ ਤਾਂ ਲਿਵਿੰਗ ਰਿਲੇਸ਼ਨਸ਼ਿਪ ਦਾ ਜਿਹੜਾ ਨਵਾਂ ਕਾਨੂੰਨ ਬਣਾਇਆ,
ਉਹ ਕਿਸ ਬੇਸ ਦੇ ਬਣਾਇਆ? ਸਾਡੇ ਵਰਗੀਆਂ ਜਿਹੜੀਆਂ ਜਨਾਨੀਆਂ ਸ਼ਰੀਫ ਹੈ ਉਹ ਸਿਰਫ ਡਿਵੋਰਸ ਲੈ ਸਕਦੀਆਂ ਔਰ ਕੁਛ ਨਹੀਂ ਹੈ, ਔਰ ਇਹੋ ਜਿਹੀਆਂ ਜਨਾਨੀਆਂ ਜਿਹੜੀਆਂ ਇੱਕ ਘਰ ਵਾਲਾ ਕਰਕੇ ਦੂਜਾ ਘਰ ਲੈਂਦੀਆਂ, ਦੂਜਾ ਛੱਡ ਕੇ ਤੀਸਰਾ ਲਿਵਿੰਗ ਦੇ ਨਾਲ ਰਹਿੰਦੀਆਂ ਪਈਆਂ, ਇਹਨਾਂ ਵਾਸਤੇ ਕੋਈ ਸੁਣਵਾਈ ਨਹੀਂ ਹੈ, ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਅਸੀਂ, ਇਹ ਸਾਡੇ ਹੱਥ ਕਾਨੂੰਨ ਕਿਉਂ ਬੰਨ ਦਿੰਦਾ ਹੈ? ਸਾਡਾ ਮੇਰਾ ਇੱਕ ਪਤੀ ਜਿਹੜਾ ਬੱਚਿਆਂ ਦਾ ਦੋ ਪਿਓ ਹੈ, ਇਕੱਲਾ ਇਕੱਲਾ ਪੁੱਤ ਹੈ ਆਪਣੇ ਮਾਂ ਪਿਓ ਦਾ, ਮੇਰੇ ਸਹੁਰਾ ਫੈਮਲੀ 85 ਈਅਰਸ ਦੇ ਮੇਰੇ ਸਹੁਰਾ ਹੈ, 82 ਈਅਰਸ ਦੇ ਮੇਰੀ ਸੱਸ ਹੈ, ਉਹਨਾਂ ਦੀ ਮੈਂ ਇਕੱਲੀ ਦੇਖਭਾਲ ਕਰਦੀ ਪਈ ਹਾਂ, ਉਹ ਵੀ ਇਹਨੂੰ ਮਨਾ ਮਨਾ ਕੇ ਥੱਕ ਗਏ, ਮੇਰੇ ਸਾਰੇ ਸਹੁਰਾ ਪਰਿਵਾਰ ਇਹਨੂੰ ਮਨਾ ਮਨਾ ਕੇ ਥੱਕ ਗਏ, ਪਰ ਇਹ ਬੰਦਾ ਕਹਿੰਦਾ ਮੈਂ ਉਹਦੇ ਨਾਲ ਹੀ ਰਹਿਣਾ, ਉਹਦੇ ਨਾਲ ਹੀ ਰਹਿਣਾ। ਕਿ ਦੋਨਾਂ ਨੂੰ ਵੱਖਰਾ ਵੱਖਰਾ ਕੀਤਾ ਜਾਏ ਤੇ ਉਹ ਇਹ ਔਰਤ ਜਿਹੜੀ ਹੈ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਏ, ਔਰਤ ਨੂੰ ਸਜ਼ਾ ਦਿੱਤੀ ਜਾਵੇ ਕਿ ਜਾਂ ਤੁਹਾਡੇ ਹਸਬੰਦ ਨੂੰ, ਦੋਨਾਂ ਨੂੰ, ਜਿਨ੍ਹਾਂ ਤੇ ਬੰਦੀ ਕਾਰਵਾਈ ਬੰਦੀ ਹੈ ਉਹ ਦੋਨਾਂ ਨੂੰ ਦਿੱਤੀ ਜਾਏ, ਪਰ ਸਭ ਤੋਂ ਜ਼ਿਆਦਾ ਇਨਸਾਫ ਕੀਤਾ ਜਾਏ ਮੇਰੇ ਨਾਲ, ਕਿ ਇਹੋ ਜਿਹੇ ਪਰਿਵਾਰ ਜਿਹੜੇ ਟੁੱਟ ਰਹੇ ਆ ਉਹਨਾਂ 'ਤੇ ਕੀ ਇਨਸਾਫ ਦੀ ਹੈ। ਇਹ ਜਿਹੜਾ ਗਵਰਨਮੈਂਟ ਨੇ ਕਾਨੂੰਨ ਬਣਾਇਆ ਇਹ ਲਿਵ ਇਨ ਰਿਲੇਸ਼ਨ, ਇਹ ਬਹੁਤ ਗੰਦਾ ਕਾਨੂੰਨ ਹੈ, ਬਹੁਤ ਘਟੀਆ ਕਾਨੂੰਨ ਹੈ, ਇਹਨੂੰ ਬੰਦ ਕਰਨਾ ਚਾਹੀਦਾ, ਇਸ ਕਾਨੂੰਨ ਨੂੰ ਬੁਤਲ ਕਰਨਾ ਚਾਹੀਦਾ, ਕਿਉਂਕਿ 12-13 ਸਾਲ ਮੈਰਿਜ ਨੂੰ ਹੋਈ ਜੀ, ਬਿਲਕੁਲ ਵਧੀਆ ਲਾਈਫ ਚੱਲ ਰਹੀ ਸੀ, ਇਹ ਜਦੋਂ ਦਾ 2 ਸਾਲ ਤੋਂ ਇਹ ਆਸ਼ੀਸ਼ ਸਾਵਲ ਪ੍ਰਵੀਨ ਬਾਲਾ ਇਹਨਾਂ ਦਾ ਇੱਕ ਸਕੂਲ ਦੇ ਵਿੱਚ ਇਕੱਠੀ ਟ੍ਰਾਂਸਫਰ ਹੋਈ ਹੈ, ਬਸ ਇਹਨਾਂ ਨੇ ਰਿਲੇਸ਼ਨ ਬਣਾਏ, ਜਦੋਂ ਦੇ ਆਉਂਦੇ ਮੇਰੀ ਬੇਟੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤੇ ਨੇ, ਰੋਜ਼ ਮਾਰਕੁੱਟ ਕਰਦਾ ਅਤੇ ਸ਼ਰਾਬ ਡੇਲੀ ਸ਼ਰਾਬ ਪੀ ਕੇ ਆਉਂਦਾ, ਅਤੇ ਉਹਨੂੰ ਕਹਿੰਦਾ ਜਾਂ ਤਾਂ ਲਿਵ ਇਨ ਰਿਲੇਸ਼ਨ 'ਚ ਰਹਿ ਵੀ ਮੈਂ ਉਹਦੇ ਉਹਨੂੰ ਅਸੈਪਟ ਕਰ ਲਿਆ ਲੜਕੀ ਨੂੰ, ਜਾਂ ਤੂੰ ਘਰੋਂ ਬਾਹਰ ਚੱਲਦਾ ਨਹੀਂ ਤਾਂ ਮੈਂ ਮਾਰ ਦੇਣਾ ਤੈਨੂੰ। ਇਸ ਬਾਰੇ 'ਚ ਪਹਿਲਾਂ ਵੀ ਕਦੇ ਤੁਸੀਂ ਥਾਣੇ ਥੋਣੇ ਕੋਈ ਸ਼ਿਕਾਇਤ ਕੀਤੀ? SSP ਆਫਿਸ ਤੱਕ ਗਏ ਹਾਂ ਜੀ, ਦਿਨ 2-3 ਵਾਰੀ ਥਾਣੇ 'ਚ ਕੰਪਲੇਂਟ ਕੀਤੀ ਹੈ, ਰਾਤ ਨੂੰ ਮਾਰਦਾ, ਕਈ ਵਾਰ ਕੰਪਲੇਂਟ ਰਾਤ ਨੂੰ ਆਈ, ਅੱਧੀ ਰਾਤ ਨੂੰ ਆਏ ਹੋਏ ਜੀ। ਕੋਰਟ ਤੋਂ ਕੌਣ ਦੇ ਆਰਡਰ ਲੈ ਕੇ ਆਏ? ਕੋਰਟ ਤੋਂ ਹਫ਼ਤਾ ਹੋਏ ਜੀ। ਕੀ ਆਰਡਰ ਮਿਲੇ? 13 ਮਹੀਨੇ ਕਿ ਕਿੱਥੇ ਰਿਲੇਸ਼ਨ 'ਚ ਰਹਿ ਸਕਦੇ, ਮੰਗਿਆ ਜੀ ਦੋਹਾਂ ਨੂੰ ਸਜ਼ਾ ਹੋਏ, ਦੋ ਫੈਮਲੀਆਂ ਬਰਬਾਦ ਹੋ ਰਹੀਆਂ, ਉਹਦੀ ਫੈਮਲੀ ਵੀ ਬਰਬਾਦ ਹੋ ਰਹੀ ਹੈ, ਇਹਦੀ ਫੈਮਲੀ ਬਰਬਾਦ ਹੋ ਰਹੀ ਹੈ, ਅਤੇ ਇਹੋ ਜਿਹਾ ਕਾਨੂੰਨ ਜਿਹੜਾ ਉਹ ਮੁਅੱਤਲ ਕਰਨਾ ਚਾਹੀਦਾ। ਇੱਕ ਲੜਕੇ ਨੇ ਸ਼ਾਦੀ ਕੀਤੀ ਸੀ, ਦੂਜਾ ਵਿਆਹ ਕੱਲ੍ਹ ਉਹ ਆਪਣੇ ਘਰ ਕਿਤੇ ਗਿਆ, ਸੋ ਆਪਣੇ ਘਰ ਗਿਆ, ਉਹਦੀ ਜਿਹੜੀ ਪਹਿਲੀ ਵਾਈਫ ਸੀ ਉੱਥੇ, ਉਹਦੇ ਨਾਲ ਉਹਨੇ ਮਾਰਕੁੱਟ ਕੀਤੀ ਆ, ਉਹਦੇ ਕੁਛ ਪੈਸੇ ਕੱਢ ਕੇ ਲੈ ਗਿਆ, ਕੁਛ ਰਸੋਈ ਤੋਂ ਵਿੱਚੋਂ ਇੱਕ ਇੰਡਕਸ਼ਨ ਲੈ ਗਿਆ, ਉਹ ਮਾਰਕੀਟ ਆਈ ਸਪੰਚ, ਉਹ ਲੜਕੀ ਜਿਹੜੀ ਉੱਥੇ ਦਾਖਲ ਆ ਸਿਵਲ ਹਸਪਤਾਲ, ਅਤੇ ਉਹਦੀ ਅਜੇ ਸਾਡੇ ਕੋਲ MLR ਨਹੀਂ ਆਈ, ਜਦੋਂ ਵੀ MLR ਆਉਂਦੀ ਹੈ ਜੋ ਬਿਆਨ ਦੇਗੀ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਹੀਂ, ਪਹਿਲੇ ਕੋਈ ਡਿਵੋਰਸ ਨਹੀਂ ਹੈ। ਇਹ ਉੱਥੇ ਜਾ ਕੇ ਪਤਾ ਲੱਗੇਗਾ ਜੀ, ਅਜੇ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਫਿਲਹਾਲ ਉਹਦਾ ਬਿਆਨ ਲਵਾਂਗੇ, ਜੋ ਬਿਆਨ ਦੇਗੀ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਨੂੰ ਇਹਦੇ ਬਾਰੇ ਕੋਈ ਨਹੀਂ, ਜਦੋਂ ਜਾਵਾਂਗਾ ਬਿਆਨ ਦੇਗੀ ਤਾਂ ਪਤਾ ਲੱਗ ਜਾਏ।